1959 ਚ ਲੱਦਾਖ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅੰਮ੍ਰਿਤਸਰ 'ਚ ਇੱਕ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਜਨਾਂ ਨੇ ਵੀ ਸ਼ਿਰਕਤ ਕੀਤੀ। ਪੁਲਿਸ ਅਤੇ ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਨੇ ਫੁੱਲ ਪੇਂਟ ਕਰਕੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ SS ਸ਼੍ਰੀਵਾਸਤਵਾ ਨੇ ਕਿਹਾ ਕਿ ਹਰ ਸਾਲ 21 ਅਕਤੂਬਰ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਉਹਨਾਂ ਨੇ ਪੁਲਿਸ ਜਵਾਨਾਂ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਉਹ ਆਪਣੀ ਡਿਊਟੀ ਪੂਰੀ ਤਨ ਮਨ ਦੇ ਨਾਲ ਕਰਨ। ਕਮੈਮੋਰੇਸ਼ਨ ਡੇ 21 ਅਕਤੂਬਰ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਇਹ 1959 ਦੇ ਵਿੱਚ ਜਿਹੜਾ ਲੱਦਾਖ ਏਰੀਆ ਦੇ ਵਿੱਚ ਹੌਟ ਸਪ੍ਰਿੰਗਸ ਇੱਕ ਜਗ੍ਹਾ ਹੈ ਜਿੱਥੇ ਇੱਕ CRPF ਦੀ ਟੁਕੜੀ ਨੂੰ ਐਂਬੁਸ਼ ਕਰ ਦਿੱਤਾ ਸੀਗਾ ਚਾਈਨੀਜ਼ ਫੋਰਸਿਸ ਨੇ। ਉਸ ਦਿਨ ਤੋਂ ਬਾਅਦ ਹੀ ਹਰ ਸਾਲ ਇਹ ਮਨਾਇਆ ਜਾਂਦਾ ਹੈ ਅਤੇ ਇਹਦੇ 'ਚ ਮੇਨਲੀ ਜਿਹੜੇ ਪੁਲਿਸ ਦੇ ਸ਼ਹੀਦ ਹੋਏ ਹਨ ਜਾਂ ਉਸ ਸਾਲ ਦੇ ਵਿੱਚ ਵੀ ਜਿਹੜੇ ਔਨ ਡਿਊਟੀ ਪੁਲਿਸ ਮੁਲਾਜ਼ਮ ਪੂਰੇ ਹੁੰਦੇ ਆ ਉਹਨਾਂ ਨੂੰ ਯਾਦ ਕਰਨ ਲਈ ਅਤੇ ਇੱਕ ਪ੍ਰਣ ਲੈਣ ਲਈ ਕਿ ਅਸੀਂ ਵੀ ਸੇਵਾ ਕਰਦੇ ਹੋਏ ਸ਼ਹੀਦ ਹੋਣ ਲਈ ਕੋਈ ਵੀ ਜੋ ਹੈ ਉਹ ਪਿੱਛੇ ਨਾ ਹਟੇ ਇਸ ਚੀਜ਼ ਲਈ ਬਣਾਇਆ ਜਾਂਦਾ। ਉਹ ਅਫਸਰ ਸਾਹਿਬਾਨ ਦੇ ਧਿਆਨ 'ਚ ਲਿਆ ਦੇਣੀਆਂ ਨੇ, ਕੋਈ ਬਹੁਤ ਵੱਡੀ ਦਿੱਕਤ ਨਹੀਂ। ਇੱਕ ਹੈਗੀ ਹੈ ਕਿਸੇ ਦੀ ਜਗ੍ਹਾ 'ਤੇ ਕਬਜ਼ਾ ਹੋਇਆ, ਉਹ ਵੀ ਇਹਨਾਂ ਨੂੰ ਕਹਿਣ ਲੱਗੇ ਆ ਕਿ ਉਹ ਜਿਹੜਾ ਉਹ ਠੀਕ ਕਰਾਇਆ ਦਿੱਤਾ ਜਾਏ। ਬਾਕੀ ਜਿਹੜਾ ਇਹ ਸਮਾਗਮ ਸੀ ਇਹ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਿਹਨਾਂ ਦੀ ਬਦੌਲਤ ਅੱਜ ਪੰਜਾਬ 'ਚ ਸ਼ਾਂਤੀ ਸਥਾਪਿਤ ਹੈ। ਔਰ ਸਲਿਊਟ ਕਰਦੇ ਇਹੋ ਜਿਹੇ ਪੰਜਾਬੀਆਂ ਨੂੰ, ਯੋਧਿਆਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਸ਼ਾਂਤੀ ਸਥਾਪਿਤ ਕੀਤੀ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।